ਸਤਿ ਸ਼੍ਰੀ ਅਕਾਲ ਜੀ, ਮੈਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਅਤੇ ਮੈਂ ਪ੍ਰੈਜ਼ੀਡੈਂਟ ਹੈਗੀ ਹਾਂ ਫਾਈਟ ਫੋਰ ਰਾਈਟ ਦੀ ਵੋਇਸ ਆਫ ਅਨਹਰਡ ਵਿਕਟਮ ਵੈਲਫੇਅਰ ਸੁਸਾਇਟੀ ਦੀ। ਅਤੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਨੂੰ ਕਿਤੇ ਵੀ ਪੰਜਾਬ ਦੇ ਵਿੱਚ ਚਾਈਲਡ ਅਬਿਊਜ਼ ਦਾ ਸ਼ਿਕਾਰ ਬੱਚੇ ਮਿਲਦੇ ਨੇ, ਤੁਸੀਂ ਉਸ ਚੀਜ਼ ਦੇ ਖਿਲਾਫ ਚੁੱਪ ਨਾ ਬੈਠੋ, ਬਲਕਿ ਉਸਦੀ ਵਿਰੁੱਧ ਆਵਾਜ਼ ਉਠਾਓ ਅਤੇ ਉਸਦੀ ਕੰਪਲੇਂਟ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 98 15 16 30 31 ਦੇ ਉੱਤੇ। ਅਸੀਂ ਬਾਲ ਸ਼ੋਸ਼ਣ ਜਿੰਨੀ ਵੀ ਤਰ੍ਹਾਂ ਦਾ, ਚਾਹੇ ਉਹ ਫਿਜ਼ੀਕਲ ਵਾਇਲੈਂਸ ਦਾ ਹੋਵੇ, ਚਾਹੇ ਮਾਨਸਿਕ ਤਣਾਅ ਦਾ ਹੋਵੇ, ਚਾਹੇ ਚਾਈਲਡ ਸੈਕਸ ਅਬਿਊਸ ਹੋਵੇ, ਚਾਹੇ ਚਾਈਲਡ ਲੇਬਰ ਹੋਵੇ ਅਤੇ ਚਾਹੇ ਬਾਲ ਵਿਵਾਹ ਹੋਵੇ, ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੋਈ ਹੈ। ਕਿਉਂਕਿ ਸਾਡਾ ਨਾਰਾ ਹੈ ਜਨ ਜਨ ਦੀ ਇਹ ਆਵਾਜ਼, ਬਾਲ ਸ਼ੋਸ਼ਣ ਮੁਕਤ ਪੰਜਾਬ। ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਇਸ ਚੀਜ਼ ਦਾ ਹਿੱਸਾ ਬਣੋ। ਬਾਲ ਸ਼ੋਸ਼ਣ ਵਰਗੇ ਘਿਨਾਉਣੇ ਜੁਰਮ ਦਾ ਆਪਾਂ ਪੰਜਾਬ 'ਚੋਂ ਪੋਲੀਓ ਵਾਂਗ ਖਾਤਮਾ ਕਰਕੇ ਪੰਜਾਬ ਦੇ ਭਵਿੱਖ ਨੂੰ ਸੁਨਹਿਰਾ ਬਣਾਈਏ। ਕਿਉਂਕਿ ਜਿਹੜੇ ਬੱਚੇ ਹੁੰਦੇ ਨੇ ਇਹ ਸਾਡੀਆਂ ਨੀਹਾਂ ਹੁੰਦੇ ਨੇ, ਇਹ ਸਾਡੀ ਆਉਣ ਵਾਲੇ ਭਵਿੱਖ ਦੀ ਇਮਾਰਤ ਦੀਆਂ ਨੀਹਾਂ ਹਨ। ਅਤੇ ਜੇ ਨੀਹਾਂ ਸਟਰੋਂਗ ਹੋਣਗੀਆਂ, ਮਜ਼ਬੂਤ ਹੋਣਗੀਆਂ, ਤਾਂ ਹੀ ਜਿਹੜੀ ਇਮਾਰਤ ਹੈਗੀ ਆ ਮਜ਼ਬੂਤ ਹੋਏਗੀ। ਜੇ ਅਸੀਂ ਪੰਜਾਬ ਦਾ ਜਿਹੜਾ ਭਵਿੱਖ ਆ ਉਹਨੂੰ ਸੁਨਹਿਰਾ ਬਣਾਉਣਾ ਚਾਹੁੰਦੇ ਹਾਂ, ਪੰਜਾਬ ਨੂੰ ਵਾਕਈ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਸਾਡੇ ਬਚਪਨ ਨੂੰ ਬਚਾਉਣਾ ਪਏਗਾ। ਸੋ ਸਾਡੀ ਬਚਪਨ ਬਚਾਓ ਮੁਹਿੰਮ ਦਾ ਹਿੱਸਾ ਬਣੋ, ਆਪਾਂ ਬਾਲ ਸ਼ੋਸ਼ਣ ਵਿਰੁੱਧ ਆਵਾਜ਼ ਉਠਾਈਏ। ਅਤੇ ਇਸ ਦੇ ਲਈ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜੇ ਤੁਹਾਨੂੰ ਕਿਤੇ ਵੀ ਨੇੜੇ ਤੇੜੇ ਤੁਹਾਡੇ ਨਜ਼ਰ ਆਉਂਦਾ ਆ ਕਿ ਕਿਤੇ 21 ਸਾਲ ਤੋਂ ਛੋਟੀ ਉਮਰ ਦੇ ਲੜਕਾ ਜਾਂ ਲੜਕੀ ਦਾ ਜ਼ਬਰਦਸਤੀ ਵਿਆਹ ਕੀਤਾ ਜਾ ਰਿਹਾ ਆ, ਤਾਂ ਤੁਸੀਂ ਸਾਨੂੰ ਸੰਪਰਕ ਕਰੋ। ਕਿਉਂਕਿ ਬਾਲ ਵਿਵਾਹ ਜਿਹੜਾ ਹੈਗਾ ਆ ਇਹ ਵੀ ਬਹੁਤ ਘਿਨਾਉਣਾ ਜੁਰਮ ਆ, ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਅਤੇ ਉਹਦਾ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ, ਉਹ ਉਹਨਾਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਦੇ ਯੋਗ ਨਹੀਂ ਹੁੰਦੇ। ਸੋ ਅਸੀਂ ਇਸ ਜਿਹੜਾ ਕਹਿ ਸਕਦੇ ਹਾਂ ਕਿ ਘੁਣ ਵਾਂਗੂ ਸਮਾਜ ਨੂੰ ਖਾ ਰਹੇ ਬਾਲ ਵਿਵਾਹ ਹੈ, ਇਹਨੂੰ ਜੜੋਂ ਖਤਮ ਕਰੀਏ। ਅਤੇ ਕਿਤੇ ਵੀ ਤੁਹਾਨੂੰ ਇਹੋ ਜਿਹੀ ਗੱਲ ਨਜ਼ਰ ਆਉਂਦੀ ਹੈ ਤੁਸੀਂ ਸਾਨੂੰ ਸੰਪਰਕ ਕਰੋ। ਦੁਬਾਰਾ ਨੰਬਰ ਫਿਰ ਬੋਲਦੀ ਹਾਂ, 98 15 16 30 31 ਤੁਸੀਂ ਸੰਪਰਕ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ। ਆਓ ਸਾਡੀ ਬਚਪਨ ਬਚਾਓ ਮੁਹਿੰਮ ਦਾ ਹਿੱਸਾ ਬਣੋ। ਫਾਈਟ ਫੋਰ ਰਾਈਟ ਜਿਹੜੀ ਸੁਸਾਇਟੀ ਆ ਸਾਡੀ, ਇਹਦੇ ਵਿੱਚ ਲੋਇਰਸ ਦਾ ਪੈਨਲ ਆ ਜਿਹਦੇ ਵਿੱਚ ਅਸੀਂ ਕਿਤੇ ਵੀ ਬਾਲ ਸ਼ੋਸ਼ਣ ਦਾ ਸ਼ਿਕਾਰ ਬੱਚਿਆਂ ਨੂੰ ਫ੍ਰੀ ਲੀਗਲ ਏਡ ਪ੍ਰੋਵਾਈਡ ਕਰਦੇ ਹਾਂ, ਚਾਹੇ ਉਹ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਹੋਣ, ਅਸੀਂ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਕਾਨੂੰਨੀ ਆ ਮੁਫਤ ਸੇਵਾਵਾਂ ਪ੍ਰੋਵਾਈਡ ਕਰਦੇ ਹਾਂ। ਧੰਨਵਾਦ।